ਆ ਦੇਖੋ ਪੰਜਾਬ ਪੁਲਿਸ ਦਾ ASI ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਤੇ ਤੌਸ ਜਵਾ ਰਿਹਾ ਔਰ ਜਦੋਂ ਪਰਿਵਾਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਲਟਾ ਇਸ ASI ਦੇ ਵੱਲੋਂ ਇਹਨਾਂ ਪਰਿਵਾਰ ਦੇ ਮੈਂਬਰਾਂ ਤੇ ਹੀ ਪਰਚਾ ਦਰਜ ਕਰਵਾ ਦਿੱਤਾ। ਦੱਸਿਆ ਕਿ ਮੇਰੀ ਵਰਦੀ ਪਾੜ ਦਿੱਤੀ ਗਈ ਪਰ ਅਜਿਹਾ ਇਹਨਾਂ ਤਸਵੀਰਾਂ ਦੇ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ ਤਾਂ ASI ਦੇ ਵੱਲੋਂ ਇਸ ਪਰਿਵਾਰ ਨੂੰ ਲਗਾਤਾਰ ਧਮਕਾਇਆ ਜਾ ਰਿਹਾ, ਧੱਕਾ ਮੁੱਕੀ ਕੀਤੀ ਜਾ ਰਹੀ ਹੈ। ਪੁਲਿਸ ਨੇ ਉਲਟਾ ਇਹਨਾਂ ਲੋਕਾਂ ਤੇ ਹੀ ਪਰਚਾ ਦਰਜ ਕਰ ਦਿੱਤਾ। ਮਾਮਲਾ ਦੁਰਾਹਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਦੇ ਘਰ ਇਹ ASI ਗਿਆ ਸੀ ਔਰ ਇਸ ਦੇ ਵੱਲੋਂ ਨੌਜਵਾਨ ਦੇ ਨਾਲ ਖਿੱਚਤੂ ਕੀਤੀ ਗਈ। ਜਦੋਂ ਪਰਿਵਾਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਲਟਾ ਉਸ ਪਰਿਵਾਰ ਦੇ ਮੈਂਬਰਾਂ ਤੇ ਹੀ ਇਸ ASI ਕੁਲਵਿੰਦਰ ਸਿੰਘ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ। ਪੀੜਤ ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ। ਦੂਜੇ ਬੰਨੇ SHO ਨੇ ਇਹ ਕਿਹਾ ਕਿ ASI ਕੁਲਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਜਿਸ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਤੇ ਹੁਣ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਰ ਇਹ ਵੀਡੀਓ ਨੇ ਤਰਥੱਲੀ ਮਚਾ ਦਿੱਤੀ ਕਿਸ ਤਰੀਕੇ ਦੇ ਨਾਲ ASI ਸ਼ਰੇਆਮ ਝੂਠ ਬੋਲ ਰਿਹਾ, ਕਿਸ ਤਰੀਕੇ ਦੇ ਨਾਲ ਨੌਜਵਾਨ ਨੂੰ ਧਮਕਾ ਰਿਹਾ, ਘਰ ਦੇ ਵਿੱਚ ਜਾ ਕੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਸ ਤਰੀਕੇ ਦੇ ਨਾਲ ASI ਦੇ ਵੱਲੋਂ ਇਹ ਕਿਹਾ ਗਿਆ ਕਿ ਮੇਰੀ ਵਰਦੀ ਪਾੜੀ ਗਈ ਹੈ, ਪਰ ਅਜਿਹਾ ਇਹਨਾਂ ਤਸਵੀਰਾਂ ਦੇ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ, ਆਪਣਾ ਬਚਾਅ ਪਰਿਵਾਰ ਕਰਦਾ ਨਜ਼ਰ ਆ ਰਿਹਾ। ਪਰ ਇਹ ASI ਕੁਲਵਿੰਦਰ ਸਿੰਘ ਅੱਗੇ ਹੋ ਕੇ ਨੌਜਵਾਨ ਦੇ ਨਾਲ ਖਿੱਚਤੂ ਕਰਦਾ ਨਜ਼ਰ ਆਉਂਦਾ। ਹੁਣ ਦੇਖਣਾ ਹੋਵੇਗਾ ਕਿ ਇਨਸਾਫ ਇਸ ਪਰਿਵਾਰ ਨੂੰ ਕਦੋਂ ਮਿਲੇਗਾ, ਕਦੋਂ ਇਸ ਮਾਮਲੇ ਦੀ ਜਾਂਚ ਹੋਵੇਗੀ, ਕਿਉਂਕਿ ਜੋ ਇਲਜ਼ਾਮ ASI ਦੇ ਵੱਲੋਂ ਲਗਾਏ ਗਏ ਨੇ ਉਹ ਕਿਸ ਹੱਦ ਤੱਕ ਸਹੀ ਨੇ, ਕਿਸ ਹੱਦ ਤੱਕ ਨਹੀਂ। ਪਰ ਇਹ ਵੀਡੀਓ ਹੁਣ ਵਾਇਰਲ ਹੋ ਚੁੱਕੀ ਹੈ ਜਿਸ ਦੇ ਵਿੱਚ ASI ਕਿਸ ਤਰੀਕੇ ਦੇ ਨਾਲ ਧਮਕਾ ਰਿਹਾ, ਧੌਂਸ ਜਮਾ ਰਿਹਾ, ਰੋ ਪਾ ਰਿਹਾ ਇਹ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਗਲਤੀ ਕਿਸ ਦੀ ਸੀ, ਕਿਸ ਦੀ ਵਜ੍ਹਾ ਦੇ ਕਰਕੇ ਇਹ ਹਾਲਾਤ ਬਣੇ ਨੇ, ਕੀ ASI ਦੀ ਵਰਦੀ ਪਾੜੀ ਗਈ ਸੀ ਜਾਂ ਨਹੀਂ, ਕਿਸ ਧਿਰ ਨੂੰ ਇਨਸਾਫ ਮਿਲੇਗਾ ਇਹ ਦੇਖਣ ਵਾਲਾ ਹੋਵੇਗਾ। ਦੇਖਣਾ ਰਾਤ ਨੂੰ 112 ਤੇ ਕੰਪਲੇਂਟ ਆਈ ਸੀ ਬੇਗੋਵਾਲ ਤੋਂ, ਕੋਈ ਲੜਾਈ ਝਗੜਾ ਹੋ ਰਿਹਾ ਉੱਥੇ ਮੌਕੇ 'ਤੇ ਪਹੁੰਚੇ ਜਾ ਰਹੇ, ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ASI ਕੁਲਵਿੰਦਰ ਸਿੰਘ 112 ਦਾ ਜਿਹੜਾ ਇੰਚਾਰਜ ਦੇ ਮੌਕੇ 'ਤੇ ਪਹੁੰਚੇ। ਜਦੋਂ ਦੇਖਿਆ ਉੱਥੇ ਜਾ ਕੇ ਦੋਨਾਂ ਭਾਈਆਂ ਦਾ ਆਪਸ 'ਚ ਡਿਸਪਿਊਟ ਸੀ, ਥੋੜ੍ਹੀ ਬਹੁਤ ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਸੀਗੇ, ਜਿਸ 'ਤੇ ਇਹਨੇ ਮੌਕੇ ਜਾ ਕੇ ਦੇਖਿਆ ਅਤੇ ਮੌਕੇ ਦੋਹਾਂ ਪਾਰਟੀਆਂ ਨੂੰ ਸ਼ਾਂਤ ਕੀਤਾ। ਇਹਨਾਂ ਨੂੰ ਮੌਕੇ ਦੇ ਖਿਲਾਫ਼ ਦੇਖਦੇ ਹੋਏ ਨੈਕਸਟ ਡੇ ਦਾ ਟਾਈਮ ਦਿੱਤਾ। ਬਟ ਜਿੱਦਾਂ ਮੌਕੇ 'ਤੇ ਸੀ ਦੋਨਾਂ ਤਰ੍ਹਾਂ ਦੀ ਜਿਹੜੀ ਹੈਗੀ ਹੈ ਥੋੜ੍ਹੀ ਡਰਿੰਕ ਕੀਤੀ ਹੋਈ ਲੱਗਦੀ ਸੀ, ਤਾਂ ਜਦੋਂ ਉਹਨੂੰ ਕਿਹਾ ਵੀ ਤੁਸੀਂ ਕੱਲ੍ਹ ਥਾਣੇ ਆਇਓ ਤਾਂ ਉਹਨਾਂ 'ਚੋਂ ਇੱਕ ਪਾਰਟੀ ਜਿਹੜੀ ਹੈਗੀ ਹੈ ਉਹ ASI ਕੁਲਵਿੰਦਰ ਸਿੰਘ ਦੇ ਗਲ ਪੈ ਗਈ, ਉਹਨਾਂ ਜਿਹੜੀ ਹੈ ਵਰਦੀ ਵੀ ਉਹਨਾਂ ਪਾੜੀ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਡਿਊਟੀ ਅਫਸਰ ਭੇਜਿਆ ਅਤੇ ਉੱਥੇ ਜਿਹੜੇ ਮਾਹੌਲ ਸੀ ਉਹਨੂੰ ਸ਼ਾਂਤ ਕਰਾਇਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ASI ਕੁਲਵਿੰਦਰ ਸਿੰਘ ਦੇ ਨਾਮ 'ਤੇ ਜਿਹੜਾ ਹੈ FI ਰਜਿਸਟਰ ਕੀਤੀ। ਹਾਂ, ਉਹਨਾਂ ਨੇ ਵੀ MLR ਕਰਵਾਈ ਹੋਈ ਹੈ ਜੀ ਅਤੇ ਉਹਨਾਂ ਦੇ ਬੇਸ 'ਤੇ ਹੀ ਜਿਹੜੀ ਹੈ ਉਹ ਸੈਕਸ਼ਨ ਕਰਾਈ ਗਈ ਹੈ ਜੀ। ਇਸ ਕਰੀਬ 5 ਦੋਸ਼ੀਆਂ 'ਤੇ 22 ਨੇ FI ਦਰਜ ਕੀਤੀ ਗਈ ਹੈ, ਇਹਨਾਂ ਤੋਂ 3 ਨੂੰ ਆਪਾਂ ਅਰੈਸਟ ਕਰ ਲਿਆ।
ਅਤੇ ਜਿਹੜੇ ਬਾਕੀ ਦੋ ਰਹਿ ਗਏ ਜੀ ਉਹ ਉਹਨਾਂ 'ਤੇ ਵੀ ਰੇਡ ਕੀਤੀ ਜਾ ਰਹੀ ਹੈ ਬਟ ਉਹ ਫਰਾਰ ਨੇ, ਜਲਦੀ ਉਹ ਵੀ ਕਰਨ ਵਾਲਾ।